एक हफ्ता हो गया यहाँ रह रहे हैं ये लोग। अजमान अलजहरा यूएई लोकेशन है, ये देख लें किन हालातों में। तो यहाँ गर्मी भी बहुत होती है यूएई में, जैसा कि सबको पता है। ये अभी खाना लेके आया है, काइंडली वीर अपना नाम बताएंगे। जी, नाम गुरदीप सिंह गुराया। ओके। और मेरा विलेज ठीकरीवाल गुराया। ठीकरीवाल गुराया, पोस्ट ऑफिस कादिया, तहसील एंड डिस्ट्रिक्ट गुरदासपुर। गुरदासपुर, ओके। तुसी वीर जी? मेरा पिंड है जी गोपालपुर, नाम है चरणजीत सिंह। चरणजीत सिंह, हाँ जी। अच्छा। पिंड जगपालपुर, डाकखाना रानीपुर, तहसील फगवाड़ा, जिला कपूरथला। अच्छा, जैसा कि आप लोगों ने देख लिया इनके हालात कैसे हैं इधर, तो अभी मेरी रिक्वेस्ट है, हेलो भाई, पहले वीर तुसी खाना दिखाओ। रात वीर अभी बच गए, एक बंदे ने गाड़ी लागे ना, ये देखो टायर, हाँ ये देखो, ये हाथ जरा सीधी ऊपर चढ़ा दी, ये मेरे पैर के ऊपर भी चढ़ी हुई है, देखे। ऐसे लोग भी हैं कि जो बिल्कुल ही इंसानियत भूल चुके हैं। यार हमसे जो जितना हो रहा है मैं वो कर रहा हूँ, मेरे अरबाब हैं तो डॉक्यूमेंट्स का थोड़ा इशू इनका चल रहा है, तो वो इनके लिए बहुत वरी कर रहे हैं, मगर फिर भी यार सानू कल पता लगा, कल जो वीडियो देखी उदो पता लगा भी ये साडे पिंड दे बच्चियां नहीं वेखी तू लैके ना, फोन ते कदी नहीं कोई इहो कहना मैं ठीक हां, मम्मी तुसी ठीक, डैडी ठीक जे, मैं ठीक। मैं डेढ़ साल हो मुंडा साडे पिंड दे बच्चे आ साडे अपने, ਉਹਨਾਂ ਨੇ ਖੜਿਆ ਉੱਥੋਂ ਜਦੋਂ ਉਹਨਾਂ ਨੇ ਵੀਡੀਓ ਦੇਖੀ ਤੇ ਉਹ ਫਿਰ ਦੋਵੇਂ ਬੱਚੇ ਸਾਡੇ ਪਿੰਡ ਦੇ ਲੈ ਗਏ ਆਪਣੇ ਕੋਲ। ਮੁੰਡੇ ਦੇ ਨਾਲ ਗੱਲ ਹੋਈ? ਹਾਂਜੀ, ਆਇਆ ਉਹਦਾ ਫੋਨ, ਠੀਕ ਹੈ। ਨਹੀਂ ਜੱਟ ਦੇ ਆਉਣ ਨੂੰ ਤੇ ਤੁਹਾਨੂੰ ਦੱਸੇ ਉਹ ਗੱਲ ਸੁਣ ਕਹਿੰਦੇ। ਹਾਂ ਬਿਲਕੁਲ, ਜੱਟਾਂ ਨੇ ਚਲੋ ਅਸੀਂ ਭੇਜਿਆ ਵੀ ਪੈਸੇ ਸਾਡੇ ਕੋਲ ਲਏ, ਦੋ ਸਾਲ ਦਾ ਵਰਕ ਪਰਮਿਟ ਕਰਕੇ ਲਏ, ਉਹਨੇ ਮੁੜ ਕੇ 3 ਸਾਲ ਦਾ ਹੋਰ ਵੀਜ਼ਾ ਲੈ ਕੇ ਭੇਜਤਾ, ਜੋ ਮੁੜ ਕੇ ਉਹ ਕੰਮ ਨਹੀਂ ਉਹਨੂੰ ਮਿਲਿਆ, ਫਿਰ ਧੱਕੇ ਖਾਂਦਾ ਰਿਹਾ, ਫਿਰ ਪੈਸੇ ਮੰਗਾਉਂਦਾ ਰਿਹਾ, ਅਸੀਂ ਭੇਜ ਦਿੰਦੇ ਰਹੇ, ਸ਼ਾਇਦ ਉਹਨੇ ਵੀਜ਼ਾ ਲਵਾਉਣਾ ਹੋਵੇ, ਸਾਨੂੰ ਇਹਦੇ ਬਾਰੇ ਕੁਝ ਪਤਾ ਨਹੀਂ ਵੀ ਵੀਜ਼ਾ ਨੇ ਲਵਾਇਆ ਕਿ ਨਹੀਂ ਲਵਾਇਆ, ਵੀ ਧੱਕੇ ਖਾਂਦਾ ਰਿਹਾ ਅੱਜ ਤੱਕ 1.5 ਸਾਲ ਅਤੇ ਧੱਕੇ ਖਾਂਦਾ ਰਿਹਾ ਵਾ, ਇਹਦੇ ਬਾਰੇ ਸਾਨੂੰ ਕੋਈ ਅੱਜ ਤੱਕ ਪਤਾ ਨਹੀਂ ਲੱਗਾ। ਹੁਣ ਫਿਰ ਕਿਸ ਤਰ੍ਹਾਂ ਪਤਾ ਲੱਗਾ? ਹੁਣ ਕੱਲ੍ਹ ਚੜ੍ਹੀ ਆ ਵੀਡੀਓ ਚੜ੍ਹੀ ਆ, ਇਹ ਤਾਂ ਕੱਲ੍ਹ ਦੁਪਹਿਰ 1:30 ਵਜੇ ਪਿੰਡੋਂ ਬੰਦੇ ਆਏ, ਉਹਨਾਂ ਨੇ ਦੱਸਿਆ ਵੀ ਤੁਹਾਡੇ ਫੋਟੋ ਆਈ ਆ, ਉਹ ਤੋਂ ਪਤਾ ਲੱਗਾ ਵੀ ਸਾਰੇ ਜਿਹਨੂੰ ਪਤਾ ਲੱਗਾ ਉਹ ਸਾਡੇ ਘਰ ਦੇ ਗਏ, ਤੁਹਾਡੀ ਆਹ ਗੱਲ ਬਣੀ ਆ, ਸਾਨੂੰ ਪਹਿਲਾਂ ਤਾਂ ਪਤਾ ਨਹੀਂ ਵੀ ਸਾਡਾ ਚੱਕਰ ਬਣਿਆ ਵਾ। ਕਿਹੜੇ ਸੁਪਨੇ ਲੈ ਕੇ ਗਿਆ? ਕਿਹੜੇ ਸੁਪਨੇ? ਆਪਣੇ ਘਰ ਵਾਸਤੇ ਲੈ ਕੇ, ਮੈਂ ਇਕੱਲਾ ਕਰ ਕਮਾਈ ਕਰਕੇ ਆਪਣਾ ਘਰ ਦਾ ਕੁਝ ਬਣਾਊਂਗਾ, ਕੋਈ ਆਪਣਾ ਚੰਗਾ ਕਰ ਦੋ, ਵਿਆਹ ਕਰੂੰਗਾ ਆ ਕੇ, ਚੰਗੇ ਕੰਮ ਕਰੂੰਗਾ, ਪਰ ਇਹ ਹਾਲਾਤਾਂ ਦਾ ਪਤਾ ਨਹੀਂ ਵੀ ਆਹ ਕੰਮ ਬਣ ਜਾਣਾ ਵਾ। ਤੁਸੀਂ ਵੀਡੀਓ ਵੇਖੀ ਆਪਣੇ ਭਤੀਜੇ ਦੀ, ਤੁਹਾਡੇ ਮਨ 'ਤੇ ਕੀ ਆਇਆ? ਮਨ ਕੀ, ਸਾਨੂੰ ਇੰਨਾ ਰੋਣਾ ਆ ਕਿ ਬੜੇ ਪਿਆਰ ਨਾਲ ਪਾਲਿਆ ਹੈ, ਪੜ੍ਹਿਆ ਲਿਖਿਆ ਹੈ, ਸਾਡੇ ਪਰਿਵਾਰ ਸਭ ਤੋਂ ਜ਼ਿਆਦਾ ਪੜ੍ਹਿਆ ਲਿਖਿਆ, ਬਾਕੀ ਕੋਈ ਬੱਚਾ ਨਹੀਂ ਪੜ੍ਹਿਆ, ਕੋਈ ਪਲੱਸ ਟੂ ਗਾਹ ਨਹੀਂ ਲੰਘਿਆ, ਉਹਨੇ ਬੀ ਐੱਡ ਕੀਤੀ। ਇਸ 1.5 ਸਾਲ 'ਚ ਕਦੀ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਤੁਹਾਡੇ ਨਾਲ? ਮੇਰੇ ਇਹ ਹਾਲਾਤ ਨਾ ਕਿਸੇ ਨੇ ਵੀ ਨਹੀਂ ਗੱਲ ਕਰਦਾ, ਉਹ ਦੁੱਖ ਦੀ ਆਪਣੀ ਗੱਲ ਨਹੀਂ ਕਿਸੇ ਨੂੰ ਦੱਸਦਾ ਹੁੰਦਾ, ਜਿੰਨਾ ਮਰਜ਼ੀ ਤਾਂ ਦੁੱਖ ਆ ਜਾਂਦਾ ਹੈ। ਪਿੱਛੇ ਕੀ ਹਾਲਾਤ ਨੇ ਪਰਿਵਾਰ ਦੇ ਉਹਨਾਂ ਦੇ? ਪਰਿਵਾਰ ਦੇ ਹਾਲਾਤ ਤਾਂ ਤੁਸੀਂ ਦੇਖ ਰਹੇ ਜੇ, ਐ ਵੇਲੇ ਕਿੰਨੇ ਮਾੜੇ ਆ, ਕੋਈ ਸਾਹਮਣ ਵਾਲਾ ਵੀ ਨਹੀਂ, ਐ ਵੇਲੇ ਬੇਟੀ ਵਿਆਹੀ ਆ, ਪਾਪਾ ਦੇ ਵੀ ਹਾਲਾਤ, ਉਹ ਹਾਲਾਤ ਮਾੜੇ ਆ। ਕਿੰਨੇ ਚਿਰ ਤੋਂ ਬਿਮਾਰ ਨੇ? ਇਹ 2 ਸਾਲ ਤੋਂ ਬਿਮਾਰ ਹੈ, ਹੁਣ 1 ਮਹੀਨਾ ਥੋੜ੍ਹਾ ਜ਼ਿਆਦਾ ਹੋਏ, ਪਹਿਲਾਂ ਤੁਰੇ ਫਿਰਦੇ ਆਏ, ਹੁਣ 1 ਮਹੀਨਾ ਥੋੜ੍ਹਾ ਜ਼ਿਆਦਾ, ਟੈਨਸ਼ਨ ਵੀ ਥੋੜ੍ਹੀ ਪੈ ਗਈ ਬੱਚੇ ਦੀ ਵੀ, ਉਹਦੇ ਨਾਲ ਥੋੜ੍ਹਾ ਜ਼ਿਆਦਾ ਹੋ ਗਏ। ਕੀ ਅਪੀਲ ਕਰਨਾ ਚਾਹੁੰਦੇ? ਅਪੀਲ ਅਸੀਂ ਸਰਕਾਰ ਨੂੰ ਕਰਨੀ ਚਾਹੁੰਦੀ ਹਾਂ ਵੀ ਇਹਨਾਂ ਦਾ ਜਿਹੜਾ ਬੱਚਾ ਵਾ ਉਹ ਜਲਦ ਤੋਂ ਜਲਦ ਸਰਕਾਰ ਨੂੰ ਬੇਨਤੀ ਆ ਕਿ ਇਹਨਾਂ ਦਾ ਬੱਚਾ ਇਹਨਾਂ ਕੋਲ ਪਹੁੰਚਿਆ ਜਾਵੇ, ਵੀ ਆਪਣੇ ਮਾਂ ਪਿਓ ਕੋਲ ਆ ਜਾਣਾ, ਇਹਨਾਂ ਦਾ ਹਿੱਤ ਵਾਲਾ ਸਾਥ ਹੋ ਜਾਵੇ ਇਹਨਾਂ ਦਾ ਵੀ, ਉਹ ਦੁੱਖ ਦੀ ਘੜੀ 'ਚ ਬੈਠੇ ਵੀ ਐ ਵੇਲੇ ਇੰਤਜ਼ਾਰ ਕਰਨਾ ਨਾ, ਉਹਦਾ ਇਹ ਬੇਨਤੀ ਕਰਦੇ ਸਰਕਾਰ ਨੂੰ।